ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਦੇਸ਼ ਦੇ ਕੋਨੇ ਕੋਨੇ ਵਿੱਚ ਵੱਸਦੇ ਨੇ ਤੇ ਸਿੱਧੂ ਨੂੰ ਯਾਦ ਕਰਦੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਉਹ ਨੌਜਵਾਨ ਸੀ ਜਿਸਨੇ ਗੀਤਾਂ ਰਾਹੀਂ ਆਪਣੀ ਧੱਕ ਪੂਰੀ ਦੁਨੀਆ ਦੇ ਵਿੱਚ ਪਾਈ ਸੀ। ਚਾਹੇ ਮੂਸੇਵਾਲਾ ਅੱਜ ਨਹੀਂ ਰਹੇ ਪਰ ਸਿੱਧੂ ਦੇ ਪ੍ਰਸ਼ੰਸਕ ਪਿੰਡ ਮੂਸਾ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚਦੇ। ਤਸਵੀਰ ਦਿਖਾਵਾਂਗੇ, ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਿਹੜੇ ਪ੍ਰਸ਼ੰਸਕ ਨੇ ਕੈਲੀਫੋਰਨੀਆ ਤੋਂ ਜਿਹੜੇ ਪਿੰਡ ਮੂਸਾ ਪਹੁੰਚਿਆ, ਤੁਸੀਂ ਗੱਡੀਆਂ ਦੇਖ ਸਕਦੇ ਹੋ। ਪਹਿਲਾਂ ਤਾਂ ਕਿਸ ਹਮਰ ਗੱਡੀ ਤੇ ਇੱਕ ਸੈਲਬੀ ਨਾਮ ਦੀ ਗੱਡੀ ਆ, ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਜਮਦੂਰ ਦੇ ਝੋਟੇ, ਇਹ ਉਸ ਤਰ੍ਹਾਂ ਹੀ ਜਿਹੜੀਆਂ ਗੱਡੀਆਂ ਨੇਗੀਆਂ। ਨੌਜਵਾਨ ਸਿੱਧੂ ਨੂੰ ਪਿਆਰ ਕਰਨ ਵਾਲੇ ਜਿਹੜੇ ਪਿੰਡ ਮੂਸਾ ਪਹੁੰਚੇ ਨੇ, ਤਸਵੀਰ ਦਿਖਾਵਾਂਗੇ, ਤੁਹਾਨੂੰ ਦੇਖ ਸਕਦੇ ਹੋ ਤੁਸੀਂ ਤਸਵੀਰ ਕਿ ਸਿੱਧੂ ਮੂਸੇਵਾਲਾ ਨੂੰ ਕਿਸ ਤਰ੍ਹਾਂ ਨੌਜਵਾਨ ਪਿਆਰ ਕਰਦੇ ਨੇ, ਕਿਉਂਕਿ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ, ਪਿੰਡ ਮੂਸਾ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਗਾ। ਅਸੀਂ ਗੱਲ ਕਰਾਂਗੇ, ਨੌਜਵਾਨ ਇੱਥੇ ਪਹੁੰਚੇ ਨੇ। ਹਾਂਜੀ ਬਾਈ ਜੀ, ਕਿੱਥੋਂ ਆਏ ਹੋ? ਅਸੀਂ ਕੈਲੀਫੋਰਨੀਆ USA ਤੋਂ ਆਏ ਹਾਂ ਜੀ। ਤੇ ਇਹ ਗੱਡੀਆਂ ਲੈ ਕੇ ਆਏ ਹੋ ਜਮਦੂਰ ਦੇ ਝੋਟੇ, ਜਿਸ ਤਰ੍ਹਾਂ ਬਾਈ ਸਿੱਧੂ ਕਹਿੰਦਾ ਸੀਗਾ, ਵੱਡੀਆਂ ਗੱਡੀਆਂ ਨਾਲ ਅੱਜ ਪਿੰਡ ਮੂਸੇ ਆਏ ਹੋ, ਕਿਸ ਤਰ੍ਹਾਂ ਲੈ ਕੇ ਆਏ ਹੋ? ਇਹ ਅਸੀਂ ਬਾਈ ਸ਼ਿਪ ਲੈ ਕੇ ਆਏ ਸੀਗੇ। ਲੈ ਕੇ ਤਾਂ ਪਲਾਨ ਸੀਗਾ ਪਹਿਲਾਂ ਆਉਣ ਦਾ, ਪਰ ਰੱਬ ਨੇ ਨਹੀਂ ਉਹ ਸਮਾਂ ਦਿੱਤਾ। ਪਰ ਹੁਣ ਅਸੀਂ ਇਹ ਟ੍ਰਿਪ ਆਪਣਾ ਡੈਡੀਕੇਟ ਕਰਨਾ ਚਾਹੁੰਦੇ ਸਿੱਧੂ ਮੂਸੇਵਾਲੇ ਨੂੰ। ਉਹਨਾਂ ਲਈ ਸਪੈਸ਼ਲ ਲੈ ਕੇ ਆਏ ਸੀ, ਜਿਵੇਂ ਕਿ ਉਹਨਾਂ ਨੇ ਗਾਣਾ ਕੱਢਿਆ ਸੀਗਾ, ਇੱਕ 8 ਸਿਲੰਡਰ ਗਾਣਾ ਸੀਗਾ ਉਹ 'ਚ, ਉਹਦੇ 'ਚ ਉਹਨਾਂ ਨੇ ਸ਼ੈਲਬੀ ਗੱਡੀ ਦਾ ਨਾਮ ਰੈਕਮੈਂਡ ਕੀਤਾ ਸੀਗਾ। ਉਹ ਕਹਿੰਦੇ ਸੀ ਜਿੱਦਾਂ ਕਿ ਇਹ ਧਰਤੀ ਪਟਦੀ ਆ, ਜਿੰਨਾ ਚਿਰ ਤੁਸੀਂ ਇਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਕਰਦੇ ਬਹਿ ਕੇ ਵਿੱਚ, ਉਹਨਾਂ ਚਿਰ ਪਤਾ ਨਹੀਂ ਲੱਗਦਾ ਕਿ ਕੀ ਮਤਲਬ ਆ ਉਹਨਾਂ ਦੇ ਕਹਿਣ ਦਾ। ਜਿੱਦਾਂ ਕਿ ਹੁਣ ਸਾਰੇ ਲੋਕ ਉਹਨਾਂ ਦੇ ਗਾਣੇ ਸੁਣਦੇ ਨੇ, ਅੱਜ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਕੱਲੀ ਇਕੱਲੀ ਇਕੱਲਾ ਇਕੱਲਾ ਵਰਡ, ਇਕੱਲੀ ਇਕੱਲੀ ਲਾਈਨ ਦਾ ਕੀ ਮਤਲਬ ਹੈ। ਕਿ ਕੋਈ ਵੀ ਅੱਜ ਤੱਕ ਹੁਣ ਉਹਨਾਂ ਦੇ ਕਿਸੇ ਵੀ ਵਰਡ 'ਤੇ ਕੋਈ ਕਿੰਤੂ ਪਰਿੰਤੂ ਨਹੀਂ ਕਰ ਸਕਦਾ। ਕਦੋਂ ਤੋਂ ਬਾਈ ਨਾਲ ਜੁੜੇ ਹੋਏ ਸਿੱਧੂ ਨਾਲ? ਅਸੀਂ ਸਿੱਧੂ ਬਾਈ ਨਾਲ ਸ਼ੁਰੂ ਤੋਂ ਹੀ, ਜਦੋਂ ਉਹਨਾਂ ਦਾ ਐਕਚੁਅਲੀ ਪਹਿਲਾ ਗਾਣਾ ਅਸੀਂ ਸੁਣਿਆ ਸੀਗਾ, ਉਦੋਂ ਜੀ ਵੈਗਨ ਤੋਂ ਹੀ ਜੁੜ ਗਏ ਸੀਗੇ। ਉਦੋਂ ਕਈ ਲੋਕ ਸਮਝਦੇ ਸੀਗੇ ਕਿ ਕਿੱਦਾਂ ਦਾ ਇਹ, ਪਰ ਜਿੰਨਾ ਚਿਰ ਤੁਸੀਂ ਲਿਰਿਕ ਨਹੀਂ ਕਿਸੇ ਗਾਣੇ ਦੇ ਅੰਡਰਸਟੈਂਡ ਕਰਦੇ, ਉਨਾ ਚਿਰ ਨਹੀਂ ਤੁਹਾਨੂੰ ਪਤਾ ਲੱਗਦਾ ਕਿ ਕੀ ਕਲਾ ਹੈ ਇਨਸਾਨ ਦੇ ਵਿੱਚ। ਕਿਹੜੀ ਚੀਜ਼ ਸਿੱਧੂ ਦੀ ਜਿਹੜੀ ਵਧੀਆ ਲੱਗਦੀ ਹੈ, ਅੱਜ ਵੀ ਦਿਲ ਦੇ ਵਿੱਚ ਵਸੀ ਹੋਈ ਆ ਉਹ? ਸਿੱਧੂ ਦਾ ਦੇਖੋ ਜੀ, ਇਹ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਕਿ ਕਿਹੜੀ ਚੀਜ਼ ਆ। ਹਰ ਇੱਕ ਚੀਜ਼ ਹੀ ਉਹਨਾਂ ਦੀ ਬੇਕਮਾਲ ਸੀਗੀ, ਜੋ ਵੀ ਉਹਨਾਂ ਨੇ ਸੋਚਿਆ ਵਾ ਬਿਲਕੁਲ ਖਰੇ ਉਤਰੇ ਨੇ। ਹਰ ਇੱਕ ਚੀਜ਼ ਉਹਨਾਂ ਦੀ ਮੈਟਰ ਕਰਦੀ। ਸਾਨੂੰ ਆਲਮੋਸਟ 25 ਸਾਲ ਹੋ ਗਏ ਨੇ, ਸਾਡੇ ਫਾਦਰ ਸਾਹਿਬ ਨੂੰ 30 ਸਾਲ ਹੋ ਗਏ ਨੇ ਅਮੈਰੀਕਾ ਦੇ ਵਿੱਚ। ਅਸੀਂ ਕਦੀ ਸਾਡੀਆਂ ਜ਼ਮੀਨਾਂ ਠੇਕੇ ਦੇ ਸੀਗੀਆਂ, ਅਸੀਂ ਕਦੀ ਸੋਚਿਆ ਨਹੀਂ ਸੀ ਅਸੀਂ ਵਾਪਸ ਆਉਣਾ ਹੈ, ਪਰ ਹੁਣ ਅਸੀਂ ਲੇਟਲੀ ਅਸੀਂ ਸਾਰਾ ਕੁਝ ਦੇਖਦੇ ਹਾਂ, ਸੁਣਦੇ ਹਾਂ, ਵੀਡੀਓਜ਼ ਦੇ ਵਿੱਚ ਵੀ ਦੇਖਦੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਕਿੱਦਾਂ ਜ਼ਮੀਨ ਦੇ ਨਾਲ ਜੁੜੇ ਨੇ। ਉਹ ਇੱਕ ਕੈਦ ਪੰਛੀ ਦੀ ਤਰ੍ਹਾਂ ਨਹੀਂ ਰਹਿਣੇ ਚਾਹੁੰਦੇ ਸੀਗੇ, ਆਜ਼ਾਦ ਜ਼ਿੰਦਗੀ ਜੀਣਾ ਚਾਹੁੰਦੇ ਸੀਗੇ। ਹੁਣ ਅਸੀਂ ਵੀ ਉੱਥੋਂ ਆਏ ਹਾਂ, ਹੁਣ ਸਾਨੂੰ ਵੀ ਟਰੈਕਟਰਾਂ ਦਾ ਸ਼ੌਂਕ ਪਿਆ ਹੈ। ਅਸੀਂ 2-3 ਦਿਨ ਪਹਿਲਾਂ ਹੀ ਟਰਾਲਾ ਵੀ ਬਣਵਾ ਕੇ ਲਿਆਏ ਹਾਂ ਆਪਣੇ ਤਾਰਾ ਸਿੰਘ ਬਿਲਗਾ ਵਾਲਿਆਂ ਤੋਂ, 33 ਫੁੱਟਾ ਬਣਵਾ ਕੇ ਲਿਆਏ ਸੀਗੇ, ਜੋ ਕਿ ਸਿੱਧੂ ਮੂਸੇਵਾਲੇ ਵੀਰ ਦੇ ਸ਼ੌਂਕ ਸੀਗੇ, ਉਹੀ ਹੁਣ ਸਾਡੇ 'ਚ ਵੀ ਆ ਰਹੇ ਨੇ। ਹੁਣ ਅਸੀਂ ਜ਼ਮੀਨ ਹੋਰ ਇੱਥੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਮਿੱਟੀ ਨਾਲ ਜੁੜਿਆ ਜਾਵੇ, ਕਿ ਪਰਦੇਸ਼ ਪਰਦੇਸ਼ ਹੀ ਹੁੰਦਾ ਵਾ, ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਆਪਣਾ ਘਰ ਆਪਣਾ ਹੀ ਹੁੰਦਾ ਵਾ। ਜਿੰਨਾ ਮਰਜ਼ੀ ਤੁਸੀਂ ਪੰਛੀ ਕੋਈ ਚੋਗਾ ਚੁਗਣ ਚਲ ਜੇ, ਪਰ ਜਦੋਂ ਵਾਪਸ ਆਪਣੇ ਆਲਣੇ 'ਚ ਹੀ ਆਉਂਦੇ ਨੇ। ਸੋ 25 ਸਾਲਾਂ ਬਾਅਦ ਸਾਨੂੰ ਹੁਣ ਸਿੱਧੂ ਮੂਸੇਵਾਲੇ ਵੀਰ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਸਾਡਾ ਪੰਜਾਬ ਸਾਡਾ ਹੀ ਹੈ, ਸਾਨੂੰ ਇੱਥੇ ਹੀ ਕੁਛ ਕਰਨਾ ਚਾਹੀਦਾ ਹੈ। ਪਰਿਵਾਰ ਨੂੰ ਹਲੇ ਵੀ ਇਨਸਾਫ਼ ਨਹੀਂ ਮਿਲਿਆ, ਸੜਕਾਂ 'ਤੇ ਭਟਕ ਰਹੇ ਨੇ, ਕੀ ਕਹੋਗੇ? ਦੇਖੋ ਜੀ, ਅਸੀਂ ਤਾਂ ਇਹ ਸਰਕਾਰਾਂ ਨੂੰ ਹੀ ਕਹਿ ਸਕਦੇ ਹਾਂ, ਕਿਉਂਕਿ ਜੋ ਵੀ ਕਰਨਾ ਹੈ ਉਹ ਤਾਂ ਹਮੇਸ਼ਾ ਹੀ ਵੱਡੀਆਂ ਕੁਰਸੀਆਂ ਤੋਂ ਹੀ ਚੱਲਦਾ ਹੈ। ਸੋ ਜੋ ਵੀ ਕਰਨਾ ਹੈ ਉਹਨਾਂ ਨੇ ਹੀ ਕਰਨਾ ਨੇ। ਪਰਿਵਾਰ ਤਾਂ ਹੁਣ ਆਪਣਾ ਹਰ ਐਵਰੀ ਸੰਡੇ ਹੀ ਦੇਖੋ ਕਹਿ ਰਹੇ ਨੇ, ਅਪੀਲ ਕਰ ਰਹੇ ਨੇ। ਜੇ ਅਸੀਂ ਦੇਖੀਏ ਉਹਨਾਂ ਨੇ ਕੈਂਡਲ ਮਾਰਚ ਵੀ ਕੀਤੇ ਨੇ, ਸਾਰਾ ਕੁਛ ਕਰ ਰਹੇ ਨੇ, ਪਰ ਜੇ ਸਰਕਾਰ ਨਹੀਂ ਇਸ ਚੀਜ਼ 'ਤੇ ਗੌਰ ਕਰ ਰਹੀ, ਇਹ ਆਪਾਂ ਸਰਕਾਰ ਦੀ ਅਣਗਹਿਲੀ ਕਹਿ ਸਕਦੇ ਹਾਂ, ਕਿਉਂਕਿ ਇਨਸਾਫ਼ ਜੇ ਦਿਵਾਉਣਾ ਹੈ ਉਹਨਾਂ ਹੀ ਦਿਵਾਉਣਾ ਹੈ। ਅਸੀਂ ਤਾਂ ਹੁਣ ਸਿੱਧੇ ਜਾ ਕੇ ਕਿਸੇ ਨਾਲ ਹਿੱਕ 'ਚ ਵੱਜ ਨਹੀਂ ਸਕਦੇ ਕਿਸੇ ਦੇ। ਜੇ ਤਾਂ ਉਹਨਾਂ ਨੇ ਜਨਤਾ 'ਤੇ ਛੱਡਿਆ ਹੋਵੇ ਕਿ ਤੁਸੀਂ ਆਪਣਾ ਇਨਸਾਫ਼ ਲੈ ਲਓ, ਜਨਤਾ ਤਾਂ ਕੁਛ ਵੀ ਕਰ ਸਕਦੀ ਹੈ ਫਿਰ ਅੱਜ ਦੀ ਤਰੀਕ ਦੇ ਵਿੱਚ। ਪਰ ਜਨਤਾ ਵੀ ਲਾ ਐਂਡ ਆਰਡਰ ਦੇ ਵਿੱਚ ਹੀ ਬਿਲੀਵ ਰੱਖਦੀ ਹੈ। ਸੋ ਇਹ ਤਾਂ ਲਾ ਐਂਡ ਆਰਡਰ 'ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਉਹ ਕਹਿ ਰਹੇ ਨੇ ਉਹਨਾਂ ਦੀ ਸੁਣਨੀ ਚਾਹੀਦੀ ਹੈ। ਜੇ ਉਹ ਚਾਹੁੰਦੇ ਨੇ ਕਿ ਜਨਤਾ ਇਹਦਾ ਫੈਸਲਾ ਕਰੇ, ਤਾਂ ਜਨਤਾ ਨੂੰ ਦੱਸ ਸਕਦੇ ਨੇ ਉਹ ਕਿ ਤੁਸੀਂ ਕਿੱਦਾਂ ਫੈਸਲਾ ਕਰਨਾ ਆਪਣਾ। ਪਤਾ ਤਾਂ ਸਾਰਿਆਂ ਨੂੰ ਹੀ ਆ ਕਿ ਕੀ ਹੋ ਰਿਹਾ ਹੈ, ਕਿਵੇਂ ਹੋਇਆ ਹੈ, ਇਹ ਕੋਈ ਇੱਦਾਂ ਤਾਂ ਹੈ ਨਹੀਂ ਕਿ ਉੱਦਾਂ ਹੀ ਆ।
ਆਉਣ ਵਾਲੇ ਸਮਿਆਂ ਦੇ ਵਿੱਚ ਹੁਣ ਜਦੋਂ ਅਸੀਂ SYL ਵਰਗਾ ਗਾਣਾ ਸੁਣਦੇ ਹਾਂ ਜਾਂ ਸਾਨੂੰ ਪਤਾ ਲੱਗ ਸਾਨੂੰ ਤਾਂ ਕਦੇ ਅਸੀਂ ਤਾਂ ਸੁਣਿਆ ਵੀ ਨਹੀਂ ਸੀ ਉਹਨਾਂ ਦੇ ਨਾਮ ਜਿਨ੍ਹਾਂ ਦੇ ਉਹਨਾਂ ਨੇ ਸਿੱਧੂ ਵੀਰ ਨੇ ਲਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਾਗਰੂਕ ਹੋ ਸਕਦੇ ਅਸੀਂ ਲੋਕ ਕਿ ਸਾਡਾ ਪੰਜਾਬ ਕੀ ਆ ਜਦੋਂ ਸਾਨੂੰ ਪਤਾ ਹੀ ਨਹੀਂ ਅੱਖਾਂ 'ਤੇ ਪੱਟੀ ਬੱਝੀ ਆ ਅਸੀਂ ਆਈਲੈਟ ਕਰਦੇ ਹਾਂ ਦੇਸ਼ਾਂ ਨੂੰ ਪ੍ਰਦੇਸ਼ਾਂ ਨੂੰ ਉੱਡ ਜਾਂਦੇ ਹਾਂ ਅਤੇ ਜਦੋਂ ਹੁਣ ਦੇਖਦੇ ਹਾਂ ਕੀ ਕਹੋਗੇ ਬਾਈ ਜੀ ਕਿੰਨਾ ਖਰਚਾ ਆਇਆ ਗੱਡੀ ਅਸੀਂ ਇੱਥੇ ਲੈ ਕੇ ਆਏ ਗੱਡੀਆਂ ਦਾ ਟੋਟਲ ਖਰਚਾ ਸ਼ਿਪ ਰਾਹੀਂ ਬੁਕਿੰਗ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਪਹਿਲਾਂ ਵੀ ਕੀਤੀ ਸੀ ਜੋ ਸਿੱਧੂ ਮੂਸੇਵਾਲੇ ਹੁਣੀ ਵੀਰ ਜੀ ਜਦੋਂ ਜਿਉਂਦੇ ਸੀਗੇ ਹੈ ਨਾ ਫਿਰ ਉਹ ਕੀ ਆ ਜਦੋਂ ਕੁਦਰਤ ਦਾ ਹੀ ਭਾਣਾ ਵਰਤ ਗਿਆ ਫਿਰ ਸਾਨੂੰ ਉਹ ਕੈਂਸਲ ਕਰਨੀ ਪਈ ਫਿਰ ਉਸ ਤੋਂ ਬਾਅਦ ਅਸੀਂ ਪਿਛਲੇ ਸਾਲ 4 ਜੂਨ ਨੂੰ ਹੀ ਗੱਡੀਆਂ ਲੈ ਕੇ ਆਉਣੀਆਂ ਸੀਗੀਆਂ ਪਰ ਉਹ ਕੁਦਰਤ ਦਾ ਭਾਣਾ ਵਰਤਨ ਕਰਕੇ ਜਿਹੜਾ ਧੱਕਾ ਹੋਇਆ ਹੈ ਨਾ ਉਹਦੇ ਕਰਕੇ ਫਿਰ ਅਸੀਂ 1 ਸਾਲ ਬਾਅਦ ਆਏ ਫਿਰ ਦਿਲ ਵੀ ਟੁੱਟ ਗਏ ਸਾਰਿਆਂ ਦੇ ਉਹਦੇ ਕਾਰਨ ਹਰ ਇੱਕ ਮਤਲਬ ਵਰਲਡ ਦੇ ਵਿੱਚ ਹਰ ਇੱਕ ਨੇ ਉਹਨਾਂ ਨੂੰ ਯਾਦ ਕਰਕੇ ਰੋਏ ਕਿ ਬਹੁਤ ਜ਼ਿਆਦਾ ਧੱਕਾ ਹੋਇਆ ਸੋ ਮੈਂ ਸਰਕਾਰ ਕੋਲੋਂ ਜਿਵੇਂ CM ਭਗਵੰਤ ਮਾਨ ਸਾਹਿਬ ਨੇ ਉਹਨਾਂ ਤੋਂ ਇਹੀ ਮੰਗ ਕਰਦਾ ਜੀ ਵੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕੋਈ ਵੀ ਸਰਕਾਰ ਹੁੰਦੀ ਹੈ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੀ ਉਹ ਕਹਿੰਦੇ ਜੀ ਅਸੀਂ ਜਨਤਾ ਦੇ ਹੱਕ ਵਿੱਚ ਆਹ ਕਰਾਂਗੇ ਜੇ ਕਰਾਂਗੇ ਜਦੋਂ ਉਹ ਸਰਕਾਰ ਸੱਤਾ 'ਚ ਆ ਜਾਂਦੀ ਆ ਉਹ ਕਿਸੇ ਦੀ ਕੋਈ ਸਾਰ ਨਹੀਂ ਲੈਂਦੀ ਜਿਵੇਂ ਕਿ ਹੁਣ ਵਾਲੀ ਸਰਕਾਰ ਲਾ ਲਓ ਮੈਂ ਤਾਂ ਹੁਣ ਵੀ DGP ਗੌਰਵ ਯਾਦਵ ਜੀ ਨੂੰ ਕਹਿੰਦਾ ਜੋ ਵੀ ਮਾਸਟਰ ਮਾਇੰਡ ਇਹ ਪਿੱਛੇ ਕਾਤਲ ਦੇ ਕਾਤਲ ਨੇ ਜਿੰਨੇ ਵੀ ਸਾਰਿਆਂ ਨੂੰ ਅਰੈਸਟ ਕੀਤਾ ਜਾਵੇ ਮਾਸਟਰ ਮਾਇੰਡਾਂ ਨੂੰ ਅੱਗੇ ਲਿਆਂਦਾ ਜਾਵੇ ਇਹ ਜੋ ਵੀ ਸਾਜ਼ਿਸ਼ ਰਚੀ ਗਈ ਆ ਇਸ ਦਾ ਜੋ ਪਰਦਾ ਉਹ ਜਗ ਜਾਹਰ ਕੀਤਾ ਜਾਵੇ ਪਰ ਬਾਹਰ ਲਗਾਤਾਰ ਸੜਕਾਂ ਤੇ ਭਟਕ ਰਿਹਾ ਅਗਰ ਲੋੜ ਪਈ ਇਨਸਾਫ ਲਈ ਸੜਕਾਂ ਤੇ ਆਉਣ ਦੀ ਤਾਂ ਬਾਹਰਲੇ ਜਿਹੜੇ ਲੋਕ ਬੈਠੇ ਸਿੱਧੂ ਦੇ ਪ੍ਰਸ਼ੰਸਕ ਤਾਂ ਸਾਥ ਦੇਣਗੇ ਪ੍ਰਸ਼ੰਸਕ ਜਿੰਨੇ ਵੀ ਵਰਲਡ ਵਿੱਚ ਆ ਜੀ ਸਾਰੇ ਹੀ ਸਾਥ ਦਿੰਦੇ ਆ ਤੇ ਦੇਣਗੇ ਵੀ ਜਿੰਨਾ ਤੱਕ ਮਤਲਬ ਇਨਸਾਫ ਨਹੀਂ ਮਿਲਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਅਸੀਂ ਫਿਰ ਵੀ ਇਹ ਕਹਿੰਦੇ ਹਾਂ ਵੀ ਸਿੱਧੂ ਦੇ ਮਾਤਾ ਜੀ ਨੇ ਪਿਤਾ ਜੀ ਨੇ ਦੋਵੇਂ ਵਿਚਾਰੇ ਸੜਕਾਂ ਦੇ ਉੱਤੇ ਕਦੀ ਧਰਨੇ ਕਦੀ ਕੈਂਡਲ ਮਾਰਚ ਹੈ ਨਾ ਸਾਨੂੰ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਅਤੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਮੈਂ ਫਿਰ ਤੋਂ CM ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਜੇ ਜੋ ਵੀ ਮਾਸਟਰ ਮਾਇੰਡ ਇਸ ਸਾਜ਼ਿਸ਼ ਦੇ ਵਿੱਚ ਨੇ ਉਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ 'ਤੇ ਸੁੱਟਿਆ ਜਾਵੇ ਜੀ ਬਿਲਕੁਲ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਸ਼ ਦੇ ਕੋਨੇ ਕੋਨੇ ਤੋਂ ਪਿੰਡ ਮੂਸਾ ਪਹੁੰਚ ਰਿਹਾ ਅਤੇ ਉੱਥੇ ਹੀ ਸਿੱਧੂ ਦਾ ਪਰਿਵਾਰ ਜਿੱਥੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਦੇ ਉੱਪਰ ਭਟਕ ਰਿਹਾ ਉੱਥੇ ਸਿੱਧੂ ਦੇ ਪ੍ਰਸ਼ੰਸਕ ਵੀ ਜਿਹੜੇ ਸਰਕਾਰ ਤੋਂ ਇਹੀ ਗੁਹਾਰ ਲਗਾ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ